ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਹੋ? ਸਭ ਠੀਕ ਠਾਕ ਹੋ? ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਅਸੀਂ ਗੈਰੀ ਦੇ ਨਾਨਕੇ ਆਏ ਹੋਏ ਸੀਗੇ। ਸੋ ਕੱਲ੍ਹ ਅਸੀਂ ਕਾਫੀ ਲੇਟ ਹੋ ਗਏ ਅਤੇ ਰਾਤ ਦਾ ਟਾਈਮ ਹੋ ਗਿਆ ਸੀਗਾ, ਹਨੇਰਾ ਹੋਣ ਕਰਕੇ ਸਾਨੂੰ ਥੋੜ੍ਹਾ ਟਾਈਮ ਲੱਗ ਗਿਆ। ਕੱਲ੍ਹ ਸੁੱਤੇ ਵੀ ਲੇਟ ਆ। ਸੋ ਪਿੰਡ ਕਿੰਨੇ? 20 ਰੁਪਏ। ਕਾਹਦੇ ਲਈ? ਜਿੰਨੇ ਦਿਨ ਉਨੇ ਤੇ ਦੋ। ਕਾਹਦੇ ਲਈ? ਇੱਕ ਉੱਥੇ ਗਾਣੇ ਨਿੱਕੇ ਨਿੱਕੇ ਪਾਏ ਤੇ ਗੁਰਦਿਆਲ ਦੀ। ਗੁਰਦਿਆਲ ਸ੍ਰੀਕਾਲ, ਹੋਰ ਸਾਰੇ ਠੀਕ ਹੋ? ਅਸੀਂ ਵੀ ਠੀਕ ਠਾਕ ਹਾਂ। ਅਸੀਂ ਅੱਜ ਆਏ ਹਾਂ ਗੈਰੀ ਦੇ ਨਾਨਕੇ। ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਨਾਨਕੇ ਇਹਨਾਂ ਦੇ ਪਹੁੰਚੇ ਹੋਏ, ਰਾਤੀ ਹੋ ਗਿਆ ਸਾਨੂੰ ਹਨੇਰਾ ਅਤੇ ਤੇਲ ਤੂਲ 'ਚ ਹੋਇਆ ਸੀ ਉਹਨਾਂ ਲਈ, ਅਤੇ ਹੁਣ ਬਾਹਰ ਹੀ ਆ, ਫਿਰ ਤਿਆਰੀ ਹੋ ਰਹੀ ਆ ਦੂਜੀ ਭਾਬੀ ਆ ਜਾਣ ਦੀ। ਉੱਧਰੋਂ ਹੋ ਕੇ ਫਿਰ ਮੈਂ ਆਪਣੀ ਭੈਣ ਕੋਲ ਜਾਊਂਗੀ, ਫਿਰ ਉੱਥੇ ਦਾ ਵੀ ਤੁਹਾਨੂੰ ਦਿਖਾਵਾਂਗੀ। ਸੋ ਇੱਥੇ ਮੱਛਰ ਬੜਾ ਰਾਤੀ ਸਾਨੂੰ ਤੰਗ ਕੀਤਾ ਮੱਛਰ ਨੇ, ਤੇ ਆ ਦੇ ਤੈਨੂੰ ਤੈਨੂੰ ਲੱਤਾਂ ਦਿਖਾਈ ਯਾਰ ਤੈਨੂੰ ਦੇ ਹੈਗਾ ਜੀ ਕੋਈ ਸਾਰੀ ਰਾਤ ਤੈਨੂੰ ਦੇ ਮੱਛਰ ਸੌ ਨਹੀਂ ਦਿੱਤਾ, ਮੱਛਰ ਕੁਸ਼ਤੀ ਲੜਦਾ ਰਿਹਾ ਨਾ। ਹੁਣ ਤੁਸੀਂ ਚੱਲੇ ਆ, ਅੱਜ ਤਾਂ ਤਿਆਰ ਹੋਣ ਲੱਗੇ, ਹਲੇ ਬੈਠੇ ਆ, ਸੁੱਤੇ ਉੱਠੇ ਆ, ਤੇ ਟਾਈਮ ਹੋਇਆ ਜੀ ਕੋਈ 8 ਵਜੇ ਦਾ, ਤੇ ਹੁਣ ਅਸੀਂ ਇੱਥੋਂ ਨਿਕਲ ਕੇ ਤੇ ਅੱਗੇ ਨਹਾ ਧੋ ਕੇ ਤੇ ਅਗਲੇ ਘਰ ਵੀ ਜਾਣਾ ਵਾ, ਤਾਂ ਸਾਰਾ ਘੁੰਮਦੇ ਘੁੰਮਾਉਂਦੇ ਤੁਹਾਨੂੰ ਇਹ ਵਲੌਗ ਦਿਖਾਵਾਂਗੇ, ਬਣੇ ਰਹੋ ਸਾਡੇ ਨਾਲ। ਹੁਣ ਅਸੀਂ ਪਹੁੰਚ ਗਏ ਆ ਆਪਣਾ, ਮੇਰੀ ਛੋਟੀ ਮਾਮੀ ਘਰੇ ਆ ਗਈ ਸੀ। ਪਹਿਲਾਂ ਵੱਡੀ ਗੱਲ ਸੀ, ਹੁਣ ਛੋਟੀ ਗੱਲ ਆ ਗਈ। ਹੁਣ ਇਹਨਾਂ ਨੂੰ ਮਿਲ ਕੇ ਫਿਰ ਆਪਣੀ ਭੈਣ ਕੋਲ ਜਾਊਂਗੀ, ਉੱਥੇ ਦਾ ਵੀ ਤੁਹਾਨੂੰ ਦਿਖਾਵਾਂਗੀ ਕੀ ਹਿਸਾਬ ਹੋਵੇ। ਸੋ ਅੱਜ ਸਾਡਾ ਟੂਰ ਬਹੁਤ ਵੱਡਾ ਆ। ਹੁਣ ਅਸੀਂ ਇੱਥੋਂ ਹੋ ਕੇ ਪਹਿਲਾਂ ਇਹਦੇ ਵੱਡੇ ਸਿੰਮੀ ਦੇ ਵੱਡੇ ਭਰਾ ਘਰੇ ਗਏ ਸੀਗੇ, ਉੱਥੋਂ ਹੋ ਕੇ ਅਸੀਂ ਉਹਨਾਂ ਦੇ ਛੋਟੇ ਭਰਾ ਘਰੇ ਆਏ ਹਾਂ, ਤੁਹਾਨੂੰ ਇਹਨਾਂ ਦੇ ਬੱਚਿਆਂ ਨਾਲ ਮਿਲਾਉਂਦੇ ਹਾਂ। ਅੱਜ ਤਨੂੰ ਅਤੇ ਕਾਵਿਆ ਵੀ ਰੈਡੀ ਹੋ ਗਈਆਂ ਸੀ ਸਵੇਰੇ ਹੀ, ਐਨਕਾਂ ਸ਼ੈਨਕਾਂ ਲਾ ਕੇ, ਅਤੇ ਰਾਤੀ ਮੱਛਰ ਦੇ ਹਮਲੇ ਤੋਂ ਬਾਅਦ ਸਵੇਰੇ ਬਚ ਬਚਾ ਕੇ ਕੁੜੀ ਹੁਣ ਪੜ੍ਹਦੀ ਹੈ, ਛੋਟੀ ਜਿਹੀ ਸੀ। ਕੀ ਨਾਮ ਆ ਤੇਰਾ? ਸੋ ਰਾਤੀ ਗੈਰੀ ਦਾ ਅਸੀਂ ਬਹੁਤ ਜ਼ਿਆਦਾ ਧਿਆਨ ਰੱਖਿਆ ਕਿਉਂਕਿ ਮੱਛਰ ਬਹੁਤ ਜ਼ਿਆਦਾ ਸੀਗਾ, ਅਤੇ ਸੋ ਸਾਰੀ ਰਾਤ ਅਸੀਂ ਗੈਰੀ ਦਾ ਧਿਆਨ ਰੱਖਿਆ ਕਿ ਸਾਨੂੰ ਸਾਨੂੰ ਬੜਾ ਡਰ ਲੱਗਾ ਰਿਹਾ ਸਾਰੀ ਰਾਤ ਵੀ ਮੱਛਰ ਨਾ ਕਿਤੇ ਲੜ ਜੇ। ਉੱਤੋਂ ਸਾਨੂੰ ਡਰਾਤਾ ਜੀ, ਕਹਿੰਦੇ ਪਿੰਡ 'ਚ ਸਪਰੇਅ ਮਾਰ ਜਾਂਦੇ। ਸਤਿ ਸ਼੍ਰੀ ਅਕਾਲ ਭਾਬੀ ਜੀ, ਕਿਵੇਂ ਹੋ? ਲੋਗੇ ਕਿ ਸਮਾਨ ਲੱਭ ਰਹੇ ਸੱਚੀ? ਹੋਰ ਕਿੱਦਾਂ, ਠੀਕ ਹੋ? ਅੱਛਾ, ਸਵੇਰੇ ਸੁਰਮਾ ਪਾਇਆ ਨੀ ਨਾ ਇਹਦੇ ਸ਼ੁਰੂ ਤੋਂ ਆਪਾਂ। ਗੈਰੀ ਨੂੰ ਅੱਜ ਸਾਰੇ ਵਾਰੀ ਵਾਰੀ ਆ ਕੇ ਮਿਲ ਰਹੇ ਕਿਉਂਕਿ ਗੈਰੀ ਆਇਆ ਜੀ ਪਹਿਲੀ ਵਾਰੀ। ਚੱਲ ਤੂੰ ਵੀ ਮਿਲਾ। ਦੇਰ ਦੇ ਵੱਜ ਗਏ ਆ ਸਾਨੂੰ, ਕੋਈ ਠੰਡ ਬੜੀ ਆ ਪਰ ਇੱਥੇ, ਤੇ ਸੋ ਇੱਕ ਗੱਲ ਹੈਗੀ ਆ ਕਿ ਪਿੰਡਾਂ 'ਚ ਆ ਕੇ ਨਾ ਟਾਈਮ ਦਾ ਨੀ ਪਤਾ ਲੱਗਦਾ। ਤੁਸੀਂ ਘਰੇ ਇਹਨੂੰ ਦੇਖਿਆ ਹੀ ਆ, ਨਾਈਟ ਸੂਟ ਦਾਰ ਵਕਤ ਨਾਈਟ ਸੂਟ, ਪਰ ਅੱਜ ਤਿਆਰ ਆ। ਮੀਂਹ ਆ ਜਦੋਂ ਕਦੀ ਕਦੀ ਤਿਆਰ ਹੁੰਦੀ, ਜਦੋਂ ਕਦੀ ਕਦੀ ਤਿਆਰ ਉਹ ਵਧੀਆ ਲੱਗਦਾ। ਇਹ ਲੇਡੀਜ਼ ਨੂੰ ਜ਼ਿਆਦਾ ਪਤਾ ਆ, ਜੇ ਆਪਾਂ ਡੇਲੀ ਤਿਆਰ ਹੁੰਦੇ ਨਾ ਉਹ ਜੱਚਦਾ ਨਹੀਂ ਬੰਦਾ। ਸੋ ਅੱਜ ਸਿੰਮੀ ਦੀ ਟੌਰ ਆ ਕਿਉਂਕਿ ਪੇਕੇ ਆਈ ਹੋਈ ਹੈ, ਤੇ ਸੋ ਕਿਉਂਕਿ ਧੁੱਪ ਵੀ ਕਾਫੀ ਲੱਗੀ ਹੋਈ ਹੈ ਇਸ ਕਰਕੇ ਅਸੀਂ ਬੈਠੇ ਸੀਗੇ। ਅੱਛਾ, ਤੋ ਭਾਬੀ ਜੀ ਸਾਡੇ ਤਿਆਰੀ ਕਰ ਰਹੇ ਨੇ ਪਕੌੜਿਆਂ ਦੀ, ਤੇ ਤੁਹਾਨੂੰ ਵੀ ਪਕੌੜੇ ਦਿਖਾਵਾਂਗੇ ਜਦੋਂ ਬਣ ਕੇ ਆਣਗੇ। ਤੇ ਟਾਈਮ ਹੋ ਗਿਆ ਕੋਈ ਦੁਪਹਿਰ ਦਾ, ਤੇ ਇੱਧਰ ਆਏ ਸੀ ਸਿੰਮੀ ਦੇ ਵੱਲ, ਤੇ ਉਹਨਾਂ ਨੇ ਹੁਣ ਚਾਹ ਲਿਆਂਦੀ ਆ, ਤੇ ਚਾਹ ਦੇ ਨਾਲ ਰੱਖੇ ਆ ਪਕੌੜੇ।
ਤਾਂ ਸਵੇਰ ਦੇ ਅਸੀਂ ਪਕੌੜੇ ਖਾ ਰਹੇ ਹਾਂ, ਪਹਿਲਾਂ ਉੱਧਰ ਵੀ ਪਕੌੜੇ ਖਾ ਕੇ ਆਏ ਹਾਂ ਅਤੇ ਹੁਣ ਇੱਧਰ ਵੀ ਭਾਬੀ ਨੇ ਪਕੌੜੇ ਬਣਾ ਲਏ, ਤੋ ਅਸੀਂ ਅੱਜ ਦੂਜੀ ਵਾਰੀ ਪਕੌੜੇ ਖਾਣ ਲੱਗੇ ਹਾਂ। ਪੀਓ ਪੀਓ ਲਓ ਜੀ, ਹਾਂ ਲਓ ਜੀ, ਅਸੀਂ ਜਿਹੜੇ ਘਰ ਵੀ ਜਾਂਦੇ ਹਾਂ ਕੁਛ ਨਾ ਕੁਛ ਤੁਹਾਨੂੰ ਮਿਲਵਾਉਂਦੇ ਹਾਂ ਗੈਰੀ ਦੇ ਇੱਕ ਹੋਰ ਮਾਮੇ ਨਾਲ। ਠੀਕ ਠਾਕ ਲਓ ਜੀ, ਇਹ ਮਾਮੇ ਦਾ ਨਵਾਂ ਨਵਾਂ ਵਿਆਹ ਹੋਇਆ ਵਾ, ਸਾਰੇ ਵਧਾਈਆਂ ਦਿਓ। ਠੀਕ ਆ, ਨਹੀਂ ਅਸੀਂ ਵੀ ਪੰਗਾ ਲੈ ਚੁੱਕੇ ਨਾ ਪਹਿਲਾਂ। ਲਓ ਜੀ, ਠੰਡਾ ਠੁੰਡਾ ਪੀ ਕੇ ਹੁਣ ਹੋ ਗਏ ਫ੍ਰੀ ਸਾਰੇ, ਅਤੇ ਹੁਣ ਅਸੀਂ ਨਿਕਲਣ ਲੱਗੇ ਹਾਂ, ਕਾਫੀ ਟਾਈਮ ਹੋ ਗਿਆ ਸਾਨੂੰ ਇੱਥੇ ਬੈਠੇ, ਅਤੇ ਥੋੜ੍ਹਾ ਜਲਦੀ ਜਲਦੀ ਚਾਹੇ ਜਿਨ੍ਹਾਂ ਦੇ ਘਰ ਆਏ ਉਹਨਾਂ ਨੂੰ ਵੀ ਥੋੜ੍ਹੀ ਜਲਦੀ ਆ, ਸੋ ਸਾਨੂੰ ਵੀ ਜਲਦੀ ਸੀ ਇਸ ਕਰਕੇ ਹੁਣ ਅਸੀਂ ਨਿਕਲਣ ਲੱਗੇ, ਸੋ ਬੱਚਾ ਪਾਰਟੀ ਲੱਗੀ ਹੈ ਠੰਡੇ ਪੀਣ। ਸ਼ੁਰੂ ਤੋਂ ਨਹੀਂ ਪਾਇਆ ਇਹਦੇ ਸੁਰਮਾ, ਇਹ ਵੀ ਥੱਕ ਗਿਆ ਅੱਜ ਗੋਡੀਆਂ 'ਚ ਜਾ ਕੇ। ਹੁਣ ਜਲਦੀ ਕਰੀਏ ਹੈ ਨਾ, ਹੁਣ ਜਲਦੀ ਨਹੀਂ, ਹੁਣ ਅਸੀਂ ਜਲਦੀ ਨਹੀਂ, ਹੁਣ ਅਸੀਂ ਆਰਾਮ ਨਾਲ ਪੀਣੀ ਆ। ਆਪਣੀ ਆਪਣੀ ਚੱਕ ਲਓ ਭਾਈ ਪਛਾਣ ਕੇ। ਮੈਂ ਤਾਂ ਪਛਾਣਿਆ ਨੀ ਬਾਹਰੋਂ ਜਦੋਂ ਮੈਂ ਆਇਆ ਨਾ, ਮੈਨੂੰ ਇੱਥੇ ਵਿਚਕਾਰ ਆਉਂਦਾ ਸੀ ਬਾਥਰੂਮ, ਇੱਥੇ ਸੀਗਾ ਬਾਥਰੂਮ ਨਾ, ਬਾਥਰੂਮ ਇੱਥੇ ਵਿਚਕਾਰ ਹੈ। ਬਿੱਟੂ ਭਾਜੀ ਲਈ ਕੋਈ ਸੁਨੇਹਾ? ਬਿੱਟੂ ਭਾਜੀ ਸੁਨੇਹਾ ਇਹੋ ਹੀ ਆ ਕਿ ਵੀ ਅਸੀਂ ਚਲੋ ਵਧੀਆ ਮਿਸ ਕਰਦੇ ਆ ਜੀ ਉਹਨੂੰ, ਵਧੀਆ ਬੰਦਾ, ਕੌਣ ਗੁੱਡ ਬੰਦਾ ਭਾਜੀ, ਬੰਦਾ ਗੁੱਡ ਮਿਲਾਇਆ। ਚਲੋ ਜੀ ਹੁਣ ਚੱਲੇ ਆ ਘਰੇ, ਤੇ ਸੋ ਟਾਈਮ ਹੋ ਗਿਆ, ਕੋਈ ਘਰਾਂ ਦਾ ਟਾਈਮ ਹੋ ਗਿਆ, ਤੋ ਅਸੀਂ ਹਲੇ ਅੱਗੇ ਵੀ ਘਰ ਜਾਣਾ ਵਾ ਇਸ ਕਰਕੇ ਨਿਕਲਣ ਲੱਗੇ ਆ। ਚਲੋ ਬਾਈ ਚੱਲੀਏ, ਅਸੀਂ ਵੀ ਉਧਰ ਕਲੀਅਰ ਹੀ ਆਏ ਆ। ਹਾਂ ਸਹੀ, ਉਹ ਨਹੀਂ ਬੜਾ ਚੰਗਾ ਜੀ। ਲਓ ਜੀ, ਰੋਟੀ ਦਾ ਟਾਈਮ ਹੋ ਗਿਆ ਸੀਗਾ, ਅਤੇ ਹੁਣ ਸਾਡੀ ਰੋਟੀ ਆ ਗਈ, ਰੋਟੀ ਖਾਣ ਲੱਗੇ ਹਾਂ। ਉੱਧਰੋਂ ਆ ਗਏ ਸੀ ਅਸੀਂ ਭਾਈ ਦੇ ਘਰੋਂ, ਅਤੇ ਹੁਣ ਦੂਜੇ ਘਰ ਆਏ ਹਾਂ, ਸੋ ਸਾਰਿਆਂ ਨੂੰ ਮਿਲ ਲਿਆ ਵਾ ਹੁਣ, ਇਸ ਹੁਣ ਇੱਥੋਂ ਅਸੀਂ ਤੁਰਨ ਲੱਗੇ ਹਾਂ ਅਤੇ ਹੁਣ ਅਗਲੇ ਘਰ ਚੱਲੇ ਹਾਂ। ਅਤੇ ਗੈਰੀ ਵੀ ਅੱਜ ਪੂਰਾ ਰੈਡੀ ਸ਼ੈਡੀ ਹੋਇਆ ਪਿਆ ਵਾ, ਹੁਣ ਨਵਾ ਕੇ ਹਟੇ ਹਾਂ, ਇਹਨੂੰ ਤੰਗ ਕਰ ਰਿਹਾ ਸੀ ਗਰਮੀ ਕਰਕੇ, ਸੋ ਇਹਨੂੰ ਨਵਾਇਆ ਵਾ, ਥੋੜ੍ਹਾ ਹੁਣ ਫਰੈਸ਼ ਹੋਇਆ ਵਾ। ਵਾਹ ਕੀ ਹੋ ਰਿਹਾ, ਚਲੋ ਠੀਕ ਹੈ ਜੀ। ਚਲੋ ਮੁੰਡਿਆ ਸਕੂਲੇ ਜਾਣਾ।